इस वेले पूरा विश्व ग्लोबल वार्मिंग दे नाल जूझ रहा है ते हिंदुस्तान जूझ रहा है धरती हेठले पानी नूं बचाउण दे लई। पर किते ना किते जे विश्व दी गल करिए ते विश्व दे लोक बड़े कामयाब होए ने ग्लोबल वार्मिंग नाल जूझण लई। एक हिंदुस्तान नूं छड्ड के दुबई वर्गियां मुल्कां जिथे मींह दा कतरा नहीं सी पैंदा उहनां लोकां ने रुख ला के मींह पौणा शुरू कर लिया ते साडे पंजाब दे लोकां ने रुख वड्ढणे शुरू कर दित्ते आ। इसे करके सानूं इन्नी गर्मी दे नाल जूझणा पै रिहा है। पर की करिए, कुछ जथेबंदियां तुरदियां ने तो उन्हां दा मजाक उड़ाया जांदा। जे धरती हेठले पाणियां दी गल करिए ते अज तो 40 साल पहला भगत पूर्ण सिंह जी ने कह दिता सी कि जे पंजाबियों ने धरती हेठला पाणी ना सांभिया तां धरती बंजर हो जाएगी। तो उदों लोकां ने उहदा मजाक उड़ाया सी ते भगत पूर्ण सिंह जी नूं इक झल्ला ते शदाई दा दर्जा दिता सी ते लोक कहिंदे सी कि संत ਝੱਲਾ ਹੋ ਗਿਆ, ਕਦੀ ਕੁਦਰਤੀ ਸੋਮੇ ਵੀ ਮੁੱਕਦੇ ਆ ਅਤੇ ਇਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਮੈਂ ਆਪਣੀ ਉਮਰ ਦੇ ਵਿੱਚ 53 ਸਾਲ ਦੀ ਉਮਰ ਦੇ ਵਿੱਚ ਮੈਂ ਖੂਹ ਵੀ ਵੇਖਿਆ, ਖੂਹ ਤੋਂ ਬਾਅਦ ਨਲਕੇ ਵੇਖਿਆ, ਨਲਕਿਆਂ ਤੋਂ ਬਾਅਦ ਮੋਨੋਬਲਾਕ ਪੰਪ ਸੈੱਟ ਵੇਖਿਆ, ਮੋਨੋਬਲਾਕ ਪੰਪ ਸੈੱਟ ਤੋਂ ਬਾਅਦ ਲੋਕਾਂ ਨੇ ਖੂਹ ਪੁੱਟ ਕੇ ਪਾਣੀ ਕੱਢੇ, ਉਸ ਤੋਂ ਬਾਅਦ ਸਮਰਸੀਬਲ ਪੰਪ ਆ ਗਿਆ ਅਤੇ ਅੱਜ ਭਗਤ ਪੂਰਨ ਸਿੰਘ ਦੀਆਂ ਗੱਲਾਂ ਜਦੋਂ ਚੇਤੀਆਂ ਆਉਂਦੀਆਂ ਅਤੇ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਆ ਕਿ ਸੰਤ ਜੀ ਨੇ ਸਾਨੂੰ ਕਿੱਡੇ ਚੰਗੇ ਰਾਹ 'ਤੇ ਲਾਇਆ ਸੀ ਪਰ ਅਸੀਂ ਉਹਨਾਂ ਦਾ ਮਜ਼ਾਕ ਉਡਾਇਆ ਸੀ। ਪਰ ਹੁਣ ਫਿਰ ਲੋਕ ਉਸੇ ਤਰ੍ਹਾਂ ਮਜ਼ਾਕ ਉਡਾਉਂਦੇ ਨੇ। ਜੇਕਰ ਤਾਂ ਸਰਕਾਰਾਂ ਯਤਨ ਕਰਦੀਆਂ ਨੇ ਕਿ ਅਸੀਂ ਝੋਨਾ ਲਾਉਣ ਵਿੱਚ ਥੋੜ੍ਹੀ ਜਿਹੀ ਦੇਰੀ ਕਰੀਏ ਜਾਂ ਸਿੱਧੀ ਬਿਜਾਈ ਕਰ ਲਈਏ ਜਿਹਦੇ ਨਾਲ ਪਾਣੀ ਬਚਦਾ ਹੈ, ਪਾਣੀ ਤਾਂ ਨਹੀਂ ਬਚਦਾ, ਸਿੱਧੀ ਬਿਜਾਈ ਨਾਲ ਵੀ ਪਾਣੀ ਨਹੀਂ ਬਚਦਾ, ਪਰ ਹਾਂ ਇਹ ਪੱਕੀ ਗੱਲ ਹੈ ਕਿ ਕੱਦੂ ਕਰਕੇ ਲਾਏ ਝੋਨੇ ਦੇ ਨਾਲ ਬਹੁਤਾ ਪਾਣੀ ਸੜਦਾ ਹੈ ਅਤੇ ਜਿਹੜਾ ਸਿੱਧੀ ਬਿਜਾਈ ਦਾ 80% ਪਾਣੀ ਜਿਹੜਾ ਉਹ ਫਿਰ ਧਰਤੀ ਦੇ ਵਿੱਚ ਜਾਂਦਾ ਅਤੇ ਸਾਡੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਹੜਾ ਉੱਪਰ ਚੁੱਕਿਆ ਜਾਂਦਾ। ਹੁਣ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਅਤੇ ਜ਼ਿਮੀਂਦਾਰਾਂ ਨੂੰ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਰੁੱਖ ਵੱਧ ਤੋਂ ਵੱਧ ਲਗਾਓ, ਧਰਤੀ ਹੇਠਲੇ ਪਾਣੀ ਨੂੰ ਬਚਾਓ। ਜੇ ਧਰਤੀ ਹੇਠਲੇ ਪਾਣੀ ਨੂੰ ਬਚਾਵਾਂਗੇ, ਰੁੱਖ ਵੱਧ ਤੋਂ ਵੱਧ ਲਾਵਾਂਗੇ ਤਾਂ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਇੱਕ ਵੱਡੀ ਜਾਇਦਾਦ ਛੱਡ ਕੇ ਜਾਵਾਂਗੇ। ਉਹ ਜਾਇਦਾਦ ਹੈ ਸਾਡੀ ਗਲੋਬਲ ਵਾਰਮਿੰਗ ਦੀ, ਜਿਸ 'ਤੇ ਅਸੀਂ ਕੰਟਰੋਲ ਕਰ ਲਾਂਗੇ। ਉਹ ਜਾਇਦਾਦ ਹੈ ਸਾਡੀ ਧਰਤੀ ਹੇਠਲੇ ਪਾਣੀ ਦੀ। ਆਓ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਾਥ ਦਈਏ। ਇਸ ਵੇਲੇ ਬਲਾਕ ਮਜੀਠਾ ਅਤੇ ਤਰਸਿੱਕਾ ਦੀ ਵਾਗਡੋਰ ਸੰਭਾਲੀ ਹੋਈ ਹੈ ਜਗਜੀਵਨ ਸਿੰਘ ਤਲਵੰਡੀ ਖੁੰਮਣਾ ਅਤੇ ਗੁਰਮੇਜ ਸਿੰਘ ਥਰੀਏਵਾਲ ਦੋਵਾਂ ਭਰਾਵਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਜ਼ਿਮੀਂਦਾਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਆਓ ਇਹਨਾਂ ਵੀਰਾਂ ਦਾ ਸਾਥ ਦੇ ਕੇ ਇੱਕ ਵਾਰ ਫਿਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਈਏ। ਮੈਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਰਸਿੱਕਾ ਦਾ ਪ੍ਰਧਾਨ ਬੋਲਦਾ ਜੀ। ਜੋ ਕਿ ਇਹ ਧਰਨੇ ਲਾਏ ਆ, ਇਹ ਸਾਨੂੰ ਸੂਬੇ ਵੱਲੋਂ ਜਗਿੰਦਰ ਸਿੰਘ ਰਾਹਾਂ ਸਿੰਘ ਉਹਨਾਂ ਵੱਲੋਂ ਸਾਨੂੰ ਕਾਲ ਆਈ ਸੀ ਸਾਡੇ ਪ੍ਰਧਾਨ ਉਹਨਾਂ ਵੱਲੋਂ ਕਿ 6 ਜੂਨ ਤੋਂ ਲੈ ਕੇ 10 ਜੂਨ ਤੱਕ ਆਪਾਂ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੇ ਧਰਨੇ ਲਾਉਣੇ ਆ, ਕਿਉਂਕਿ ਇਹ ਸਰਕਾਰ ਨੇ ਜਿਹੜਾ ਟੈਂਕੀਆਂ ਦਾ ਪਾਣੀ ਆ ਕਾਰਪੋਰੇਟ ਹੱਥਾਂ ਨੂੰ ਦੇਣ ਵਿੱਚ ਤਿਆਰੀ ਕਰ ਲਈ ਆ ਅਤੇ ਇਹਦੇ ਵਿੱਚ ਆਪਾਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਘਰ ਘਰ ਵਿੱਚ ਗੱਲ ਨੂੰ ਪਹੁੰਚਾਉਣਾ ਸੀ। ਆਪਾਂ ਪਿੰਡਾਂ ਦੇ ਵਿੱਚ 6 ਜੂਨ ਤੋਂ ਲੈ ਕੇ ਅੱਜ 10 ਜੂਨ ਤੱਕ ਜਿਹੜੇ ਪਿੰਡਾਂ ਦੇ ਵਿੱਚ ਧਰਨੇ ਲਾਏ ਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਵਾ ਕਿ ਜਿਹੜਾ ਪਾਣੀ ਆ ਉਹ ਤੁਹਾਡਾ ਕਾਰਪੋਰੇਟ ਹੱਥਾਂ ਦੇ ਵਿੱਚ ਚੜਿਆ ਜਾਣਾ ਵਾ। ਇਸ ਕਰਕੇ ਇਹ ਜਿਹੜੀ ਲੜਾਈ ਆ ਇਹ ਵੀ ਤਿੱਖੇ ਸੰਘਰਸ਼ ਜਿਹੜੇ ਆ ਲੜੇ ਜਾਣੇ ਆ ਅਤੇ ਤੁਹਾਡੇ ਬਲ ਦੇ ਨਾਲ ਲੜੇ ਜਾਣੇ ਆ। ਜੋ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਕਹਿ ਰਹੀ ਆ ਕਿ ਜ਼ਿਮੀਂਦਾਰਾਂ ਨੇ ਪਾਣੀ ਦਾ ਲੈਵਲ ਥੱਲੇ ਕਰ ਦਿੱਤਾ ਵਾ, ਸੋ ਆਪਾਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜ਼ਿਮੀਂਦਾਰਾਂ ਨੇ ਪਾਣੀ ਜਿਹੜਾ ਥੱਲੇ ਨਹੀਂ ਕੀਤਾ। ਜਿਹੜੀ ਝੋਨੇ ਦੀ ਫਸਲ ਸੀਗੀ ਉਹ ਵੀ ਤੁਸੀਂ ਹੀ ਜ਼ਿਮੀਂਦਾਰਾਂ ਨੂੰ ਲਵਾਈ ਸੀ, ਤੁਸੀਂ ਹੀ ਜ਼ਿਮੀਂਦਾਰਾਂ ਨੂੰ ਕਿਹਾ ਸੀਗਾ ਝੋਨਾ ਜਿਹੜਾ ਵਾ ਬਹੁਤ ਉਤਸ਼ਾਹ ਪੰਜਾਬ ਵਾਸਤੇ ਹੋਊਗਾ, ਝੋਨਾ ਲਾਓ। ਝੋਨਾ ਇੱਕ ਇਹੋ ਜਿਹੀ ਫਸਲ ਕਠਿਨ ਆ ਜਿਹਦੇ ਵਿੱਚ ਜ਼ਿਮੀਂਦਾਰ ਨੂੰ 24 ਘੰਟੇ ਰਹਿਣਾ ਪੈਂਦਾ ਵਾ, ਬਹੁਤ ਰਾਤ ਦਿਨ ਮਿਹਨਤ ਕਰਨੀ ਪੈਂਦੀ ਆ। ਆਪਾਂ ਕਹਿੰਦੇ ਹਾਂ 32 ਫਸਲਾਂ ਵਾ ਉਹਦੇ ਉੱਤੇ ਸਰਕਾਰ ਸਾਨੂੰ MSP ਦੇਵੇ, ਜਿਵੇਂ ਕਿ ਜਵਾਰ ਆ, ਮੂੰਗੀ ਆ, ਮਾਂਹ ਆ, ਮੱਕੀ ਆ ਅਤੇ ਸਰੋਂ ਆ, ਉਹਦੇ ਉੱਤੇ ਸਾਨੂੰ MSP ਗਰੰਟੀ ਦੇਵੇ, ਆਪਾਂ ਝੋਨਾ ਨਹੀਂ ਲਾਉਂਦੇ। ਜੇ ਇਹੋ ਜਿਹੇ ਤਰੀਕੇ ਦੇ ਨਾਲ ਸਰਕਾਰ ਵੀ ਸਾਡਾ ਸਾਥ ਦਊਗੀ ਤਾਂ ਜ਼ਿਮੀਂਦਾਰ ਝੋਨਾ ਲਾਉਣਾ ਭੁੱਲ ਜਾਊਗਾ ਅਤੇ ਇਸ ਤਰੀਕੇ ਦੇ ਨਾਲ ਪਾਣੀ ਦੇ ਲੈਵਲ ਜਿਹੜੇ ਉੱਤੇ ਹੋਣਗੇ, ਪਾਣੀ ਦੀ ਬੱਚਤ ਹੋਊਗੀ। ਜਿਹੜਾ ਕਹਿੰਦੇ ਆ ਕਿ ਵਾਟਰ ਸਪਲਾਈ ਕਰਕੇ ਨਹਿਰਾਂ ਦਾ ਉਹ ਟੈਂਕੀਆਂ ਦੇ ਵਿੱਚ ਦੇਵਾਂਗੇ, ਇੰਨਾ ਮਹਿੰਗਾ ਪ੍ਰੋਜੈਕਟ ਲਾ ਕੇ ਟੈਂਕੀਆਂ ਨੂੰ ਪਾਣੀ ਦੇ ਕੇ ਘਰਾਂ ਨੂੰ ਦੇਣਾ ਵਾ, ਉਹ ਪਾਣੀ ਜਿਹੜਾ ਸਾਡੇ ਖੇਤਾਂ ਨੂੰ ਦਿੱਤਾ ਜਾਵੇ ਅਤੇ ਖੇਤਾਂ ਦੇ ਲੈਵਲ ਜਿਹੜੇ ਪਾਣੀ ਦੇ ਉੱਤੇ ਹੋਣ, ਬੰਬੀਆਂ ਨਾ ਚੱਲਣ। ਆਪਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਮੰਗਾਂ ਵੱਲ ਧਿਆਨ ਕਰੇ, ਜੇ ਨਹੀਂ ਕਰਦੀ ਤਾਂ ਫਿਰ ਸੂਬੇ ਦੀ ਕਾਲ ਜਿਵੇਂ ਅੱਗੇ ਹੋਊਗੀ, ਅੱਗੇ ਜਿਵੇਂ ਸੰਘਰਸ਼ ਵਿੱਢਿਆ ਜਾਊਗਾ ਉਹ ਹੋਰ ਤਿੱਖਾ ਕੀਤਾ ਜਾਊਗਾ। ਆਪਾਂ ਘਰ ਘਰ ਵਿੱਚ ਗੱਲ ਪਹੁੰਚਾਉਣ ਵਾਸਤੇ ਇਹ ਧਰਨੇ ਲਾਏ ਸੀਗੇ, ਦਬ ਬਣਾਈ ਸੀਗੀ।
आम पब्लिक नूं इह मुश्किलां आ सकदियां वा, जिवें टैंकियां दा पाणी अज साडे मजदूर वीर आ 50 रुपए बिल जिहड़ा लैंदे आ इहनां दे कोलों उह वी खड़ जांदा, क्योंकि घरां दीआं इहो जिहीआं प्रॉब्लमां वा ने जिहड़ा साडे कोल नहीं साडे मजदूर वीरां कोल तारिया जांदा। पर जदों इह प्राइवेट हत्थां दे घराणिआं दे विच चल गिआ, जदों इह कारपोरेट घराणिआं दे कोल इह पाणी चल गिआ, फिर इह मिनती दे नाल पाणी दित्ता जाऊगा, घट्टो घट इहदा 3000 रुपया बिल होऊगा जिहड़ा लोकां दे कोलों नहीं तरना। ते फिर इह जिवें आपां बोर करा लैंदे आपणे घर दे विच अपनी मन मर्जी दे नाल, ਉਹ ਬੋਰ ਵੀ ਜਿਹੜਾ ਵਾ ਵੱਡੀਆਂ ਵੱਡੀਆਂ ਕੰਪਨੀਆਂ ਕੋਲ ਲਾਇਸੈਂਸ ਲੈ ਕੇ ਫਿਰ ਉਹ ਬੋਰ ਕਰਾਇਆ ਜਾਊਗਾ, ਜਿਹਦਾ ਘੱਟੋ ਘੱਟ ਸਾਲ ਦਾ 50-60 ਹਜ਼ਾਰ ਰੁਪਇਆ ਖਰਚਾ ਹੋਊਗਾ, ਸਾਲ ਬਾਅਦ ਫਿਰ ਉਹ ਰੀਨਿਊ ਕਰਾਉਣਾ ਪਊਗਾ। ਪਾਣੀ ਜਿਹੜਾ ਵਰਤਣਾ ਵਾ ਬਹੁਤ ਹੀ ਮੁਸ਼ਕਲ ਲੋਕਾਂ ਵਾਸਤੇ ਹੋ ਜਾਊਗਾ, ਇਸ ਕਰਕੇ ਆਪਾਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਇਸ ਮਸਲੇ 'ਤੇ। ਅਸੀਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੱਡੇ ਪੱਧਰ 'ਤੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਜਥੇਬੰਦੀਆਂ ਵੱਲੋਂ ਮੁੱਦਾ ਚੁੱਕਿਆ ਗਿਆ ਵਾ, ਵੱਡੇ ਪੱਧਰ 'ਤੇ ਸਾਥ ਦਿਓ, ਤਗੜੇ ਹੋ ਕੇ ਹੰਭਲਾ ਮਾਰੀਏ, ਰਲ ਮਿਲ ਕੇ ਸਾਰਿਆਂ ਨੂੰ ਜਗਾਈਏ। ਬਾਕੀ ਆਪਾਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆਪਣੇ ਕਿਸਾਨਾਂ ਨੂੰ ਵੀ, ਜਿਹੜਾ ਆਪਾਂ ਬੂਟਿਆਂ ਨੂੰ ਵੱਢ ਦਿੰਦੇ ਹਾਂ ਭਾਈ, ਬੂਟੇ ਨਾ ਵੱਢੋ, ਬੂਟੇ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਆ ਰੁੱਖ ਲਗਾਓ, ਰੁੱਖ ਸਾਨੂੰ ਸਾਹ ਦਿੰਦੇ ਆ, ਸਾਹ ਦੇ ਕੇ ਸਾਡੀ ਜਾਨ ਨੂੰ ਬਚਾਉਂਦੇ ਆ। ਦੂਸਰੀ ਗੱਲ, ਰੁੱਖਾਂ ਦੇ ਨਾਲ ਸਾਡੀਆਂ ਫਸਲਾਂ ਦਾ ਕੋਈ ਝਾੜ ਨਹੀਂ ਘੜਦਾ, ਝਾੜ ਵੱਧਦਾ ਵਾ, ਤੁਹਾਡੇ ਮਨਾਂ 'ਚ ਵਹਿਮ ਆ। ਜੇ ਤੁਸੀਂ ਰੁੱਖ ਲਗਾਓਗੇ, ਰੁੱਖ ਆਸਮਾਨ ਤੋਂ ਜਿਹੜਾ ਪਾਣੀ ਲੈਂਦਾ, ਪਾਣੀ ਆਪਣੇ ਤਣੇ ਦੇ ਵਿੱਚ ਲਿਆ ਕੇ ਧਰਤੀ ਨੂੰ ਦਿੰਦਾ, ਧਰਤੀ ਦਾ ਲੈਵਲ ਪਾਣੀ ਦਾ ਜਿਹੜਾ ਉੱਚ ਪੱਧਰਾ ਕਰਦਾ, ਇਹ ਵੀ ਸਾਡੀ ਜਥੇਬੰਦੀ ਦੀ ਪਹਿਲਕਦਮੀ ਆ ਕਿ ਵੱਧ ਤੋਂ ਵੱਧ ਰੁੱਖ ਲਾ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਕਰੀਏ, ਆਪਣੇ ਪੰਜਾਬ ਦੇ ਪਾਣੀ ਨੂੰ ਅਤੇ ਖੇਤੀ ਨੂੰ ਬਚਾ ਲਈਏ। ਅਗਲਾ ਪ੍ਰੋਗਰਾਮ ਜਿਵੇਂ ਸਾਨੂੰ ਸੂਬੇ ਦੀ ਕਾਲ ਆਊਗੀ, ਜਿਵੇਂ ਸਾਡੀ ਕਮੇਟੀ ਦੀ ਸਲਾਹ ਹੋਊਗੀ, ਜਿਵੇਂ ਸਾਡੀ ਜਥੇਬੰਦੀ ਦੀ ਸਲਾਹ ਹੋਊਗੀ, ਉਵੇਂ ਫਿਰ ਅਗਲਾ ਸੰਘਰਸ਼ ਲਿਖਿਆ ਜਾਊਗਾ।